जिहड़ा भगत सिंह दा इनकलाब दा नारा सी, उस तों पहलां इक नारा सी सामराजवाद मुर्दाबाद, ते उस तों बाद सीगा जिहड़ा इनकलाब जिंदाबाद दा जिहड़ा पूरा नारा आ। पर इस सरकार ने की कीता, इनकलाब दा नारा जिहड़ा वा उह अपने हितां लई वरत्या ते सामराज दे हत्थ टकुआ बन गए। काफ़ी लंबे समय तो नंबर जारी किया सी वी लोगों जिहड़ियां परेशानियां आ रही, कोई नशे बाबत गल करनी है, जो प्रशासन बारे बाबत गल करनी है, तो उस नंबर पर तुसीं जिहड़ा वा सानू मिस कॉल दिओ, असीं तुहानू बैक कॉल करांगे जां तुहाडे घर आ पावांगे। पर भगवंत मान साहब जदों दी शादी कर ली आ, उस तों बाद वो नंबर ही बंद आ। भगत सिंह दी उस मिट्टी जिथे वो जम्मिया पलिया खेडिया, ओदी जिथे यादगार आ, अज उस मिट्टी का भी इस ने अपमान किया। इहदे माता जी, भगवंत मान साहब दे माता जी उत्थों बुक भर के एक मिट्टी का जिहड़ा अपने घर भी लैके गए आ। किते ना किते मिट्टी जिहड़ी आ रोज़ सवेरे भगवंत मान नूं जिहड़ी आ लानता पाउंदी होगी, लानती आ तूं मैनू इस करके अपने घर लिया भी मैनू रोज़ शर्मिंदा होना पवे। अज भगवंत मान शर्मिंदा नहीं, अज भगत सिंह दे जिहड़े पिंड दी मिट्टी जिहड़ी आ उह शर्मिंदा। तुसीं देखो आ, मैं नंबर हुणे डायल करदा, मैं लगातार इस नंबर नूं डायल कर रहा भी लोगों दी जिहड़ियां मुश्किलां उहनां ते जिहड़ा वा इहनां नाल गलबात कीती जावे लोगों दे। ਤੁਸੀਂ ਆਪ ਸੁਣ ਲਓ ਪਹਿਲਾਂ। ਡਾਇਲਡ ਇਸ ਇਨਵੈਲਿਡ, ਪਲੀਜ਼ ਚੈੱਕ ਦ ਨੰਬਰ ਯੂ ਹੈਵ ਡਾਇਲਡ। ਕਹਿੰਦੇ ਪੁੱਤ ਹੁੰਦੇ ਚਾਰ, ਠੀਕ ਆ, ਇੱਕ ਪੁੱਤ ਡਾਕਟਰ ਬਣਦਾ, ਇੱਕ ਪੁੱਤ ਵਕੀਲ ਬਣਦਾ, ਪਰ ਜਿਹੜਾ ਵਿਹਲੜ ਹੁੰਦਾ ਕਹਿੰਦਾ ਪਿਓ ਦੀ ਬੜੀ ਤਰਫਦਾਰੀ ਕਰਦਾ ਵੀ ਇਹ ਮੇਰਾ ਪੁੱਤ ਬਹੁਤ ਸੱਜਾ ਬਹੁਤ ਵਧੀਆ, ਅਤੇ ਉਹ ਲੋਕ ਉਹਨੂੰ ਪੁੱਛਦੇ ਵੀ ਇਹ ਪੁੱਤ ਦੀ ਜ਼ਿਆਦਾ ਤਾਰੀਫ ਕਿਉਂ ਕਰਦਾ, ਇਹ ਤਾਂ ਵਿਹਲੜ ਆ। ਕਹਿੰਦਾ ਨਹੀਂ, ਨਾਲੇ ਨਸ਼ਾ ਵੀ ਵੇਚਦਾ ਅਤੇ ਨਾਲੇ ਜਿਹੜਾ ਵਾ ਚੋਰੀਆਂ ਵੀ ਕਰਦਾ, ਅਤੇ ਉਹ ਮੈਨੂੰ 10,000 ਰੁਪਏ ਮਹੀਨਾ ਦਿੰਦੇ ਅਤੇ ਇਹ ਮੈਨੂੰ 50,000 ਰੁਪਏ ਦਿੰਦਾ। ਮੈਂ ਇਹਦੀ ਹੀ ਗੱਲ ਕਰੂੰਗਾ ਅੱਜ ਭਗਵੰਤ ਮਾਨ ਸਾਹਿਬ ਨਾਲ, ਉਹ ਗੱਲ ਹੋ ਰਹੀ ਆ ਕੇਜਰੀਵਾਲ ਦਾ, ਇਹ ਪੁੱਤ ਬਣ ਗਿਆ, ਪੁੱਤ ਬਣ ਕੇ ਸਾਰਾ ਕੁਛ ਲਟਾ ਕੇ ਜਿਹੜਾ ਦਿੱਲੀ ਭੇਜ ਰਿਹਾ। ਜਿਹੜਾ ਕਾਮ ਸੀਗਾ ਉਹਨੇ ਰਾਵਣ ਨੂੰ ਮਾਰਿਆ, ਪਰ ਰਾਵਣ ਤੁਸੀਂ ਇੱਕ ਗੱਲ ਕਹੋ ਵੀ ਰਾਵਣ ਬਹੁਤ ਮਾੜਾ ਸੀਗਾ, ਮੈਂ ਇਸ ਗੱਲ ਨਾਲ ਸਹਿਮਤ ਨਹੀਂ। ਰਾਵਣ ਨੇ ਤਾਂ ਆਪਣੀ ਲੰਕਾ ਜਿਹੜੀ ਸੋਨੇ ਦੀ ਬਣਾਤੀ ਸੀ, ਅਤੇ ਗਲੀਆਂ ਨਾਲੀਆਂ 'ਤੇ ਜੇ ਉਹਦੀ ਲੰਕਾ ਸੋਨੇ ਦੀ ਤਾਂ ਗਲੀਆਂ ਨਾਲੀਆਂ ਵੀ ਸੋਨੇ ਚਾਂਦੀ ਦੀਆਂ ਬਣੀਆਂ ਹੋਈਆਂ ਸੀ। ਪਰ ਇਸ ਸਰਕਾਰ ਨੇ ਤਾਂ ਜਿਹੜੀਆਂ ਗਲੀਆਂ ਬਣੀਆਂ ਸੀ ਉਹ ਵੀ ਪੱਟ ਕੇ ਪਰੇ ਮਾਰੀਆਂ। ਜਦੋਂ ਜਦੋਂ ਵੀ ਮਜ਼ਦੂਰ ਸੜਕਾਂ 'ਤੇ ਉਤਰਿਆ ਉਦੋਂ ਇੱਕ ਬੜੀ ਤਬਦੀਲੀ ਆਈ, ਬੜਾ ਵੱਡਾ ਬਦਲਾਅ ਆਇਆ। ਜਿਹੜੇ ਬਦਲਾਅ ਦੀ ਇਹ ਗੱਲ ਕਰਦੇ ਸੀ, ਇਹਨਾਂ 'ਤੇ ਸਾਮਰਾਜਿਆਂ ਦੇ ਹੱਕ ਦਾ ਬਦਲਾਅ ਲਿਆਉਣ ਦੀ ਗੱਲ ਕੀਤੀ, ਪਰ ਅੱਜ ਮੈਨੂੰ ਖੁਸ਼ੀ ਹੋਈ ਹੈ ਜਦੋਂ ਮਜ਼ਦੂਰ ਪਾਟੇ ਕੱਪੜੇ ਪਾ ਕੇ ਰੋਟੀਆਂ ਉਹਨਾਂ ਦੇ ਹੱਥਾਂ 'ਚ ਆ, ਜਿਹੜੇ ਡੱਬੇ ਉਹਨਾਂ ਦੇ ਘਰੋਂ ਪੈਕ ਹੋ ਕੇ ਆਉਂਦੇ, ਵਿਚਾਰੇ ਦੁਪਹਿਰੇ ਖਾਣਾ ਨਹੀਂ ਖਾਂਦੇ, ਉਹੀ ਰਾਤ ਨੂੰ ਵਾਪਸ ਲੈ ਜਾਂਦੇ ਵੀ ਸ਼ਾਇਦ ਸਾਨੂੰ ਰਾਤ ਨੂੰ ਭੁੱਖਾ ਨਾ ਸੋਣਾ ਪਵੇ, ਦੁਪਹਿਰ ਵਾਲਾ ਖਾਣਾ ਖਾ ਲਾਂਗੇ। ਅੱਜ ਸਾਡੇ ਦੇਸ਼ ਦੀ ਇਹ ਤਰਾਸਦੀ ਆ, ਸਾਡੀਆਂ ਧੀਆਂ ਭੈਣਾਂ ਦੀਆਂ ਰੋਜ਼ ਚੁੰਨੀਆਂ ਲਾਈ ਜਾਂਦੇ ਭਗਵੰਤ ਮਾਨ ਸਾਹਿਬ ਦੇ ਘਰ ਦੇ ਬਾਹਰ। ਚੰਨੀ ਨੇ ਭੰਗੜਾ ਪਾਇਆ, ਇਹ ਗਰਬਾ ਕਰ ਆਇਆ। ਉਹ ਭਰਾਵਾ, CM ਦੀ ਮਰਿਆਦਾ ਰੱਖੋ, CM ਭੰਗੜੇ ਪਾਉਣ ਨੂੰ ਨਹੀਂ, ਲੁੱਡੀਆਂ ਪਾਉਣ ਨੂੰ ਨਹੀਂ ਰੱਖੇ, ਗਰਬਾ ਖੇਡਣ ਨੂੰ ਨਹੀਂ ਰੱਖੇ। ਉਹ ਲੋਕਾਂ ਦੀਆਂ ਤੰਗੀਆਂ ਤਰੁਸ਼ੀਆਂ ਜਿਹੜੇ ਲੋਕਾਂ ਦੇ ਨਾਲ ਤੁਸੀਂ ਵਾਅਦੇ ਕਰਕੇ ਹੋ, ਜਿਹੜੀਆਂ ਭੈਣਾਂ ਨੂੰ ਘੱਟੋ ਘੱਟ 1,000 ਰੁਪਏ ਦਾ ਵਾਅਦਾ ਕੀਤਾ ਉਹੀ ਪੂਰਾ ਕਰ ਦਿਓ। ਪ੍ਰਸ਼ਾਸਨ ਨਾਲ ਗੱਲ ਕਰਦੇ ਹਾਂ, ਪ੍ਰਸ਼ਾਸਨ ਕਹਿੰਦਾ ਸਾਡੇ ਇਲਾਕੇ 'ਚ ਜਿਹੜਾ ਨਸ਼ਾ ਖਤਮ ਹੋ ਗਿਆ। ਮੈਂ ਉਹਨਾਂ ਨੂੰ ਫੜ ਫੜ ਕੇ ਦੱਸ ਰਿਹਾ ਵੀ ਆਹ ਬੰਦੇ ਪੀ ਰਹੇ ਆ, ਇਹਨਾਂ ਨੂੰ ਪੁੱਛੋ। ਜਸਵੀਰ ਸਿੰਘ ਸੰਧੂ ਨੂੰ ਦੱਸਿਆ? ਜਸਵੀਰ ਸਿੰਘ ਸੰਧੂ ਮੇਰਾ ਫੋਨ ਹੀ ਚੱਕਦੇ, ਹੁਣੇ ਲਾ ਲੈਣੇ ਨਹੀਂ ਚੁੱਕਣਾ। ਉਹਨਾਂ ਨੇ ਉਹ ਤਾਂ ਕਹਿੰਦੇ ਸੀ ਮੈਨੂੰ ਇੱਕ ਇੱਕ ਗਲੀ ਦਾ ਪਤਾ, ਮੈਂ ਬਹੁਤ ਵਾਰ ਇੰਟਰਵਿਊ ਕੀਤੀ, ਕਹਿੰਦੇ ਕਿ ਮੈਨੂੰ ਕੋਟ ਖਾਲਸਾ ਦੀ ਜਾਂ ਜਿਹੜੇ ਉਹਨਾਂ ਦੇ ਹਲਕੇ ਦੀ ਇੱਕ ਇੱਕ ਗਲੀ ਦਾ ਪਤਾ, ਕਿੱਥੇ ਕੀ ਵੇਖਦਾ ਕਿੱਥੇ ਕੀ ਨਹੀਂ ਵੇਖਦਾ। ਉੱਥੋਂ ਫਿਰ ਮਹੀਨਾ ਲੱਭ ਪਿਆ ਨਾ, ਜਿੱਥੇ ਪੁਤਲਾ ਫੂਕਿਆ ਗਿਆ ਉਹਦੇ ਉੱਤੇ ਬੋਰਡ ਲੱਗਾ ਸੀ ਸਰਕਾਰ ਦਾ ਕੰਮ ਬੋਲਦਾ, ਜਿੱਥੋਂ ਮੈਂ ਨਸ਼ੇ ਫੜਾ ਰਿਹਾ ਉਹਨਾਂ ਬੋਰਡਾਂ ਦੇ ਪਿੱਛੇ ਜਿੱਥੇ ਲਿਖਿਆ ਮੇਰਾ ਕੰਮ ਬੋਲਦਾ, ਉਹਨਾਂ ਦੇ ਪਿੱਛੇ ਜਿਹੜਾ ਵਾ ਉਹ ਨਸ਼ਾ ਹੋ ਰਿਹਾ, ਇਹ ਸਰਕਾਰ ਦਾ ਕੰਮ ਬੋਲ ਰਿਹਾ। ਮੁੱਖ ਮੰਤਰੀ ਤੋਂ ਪਹਿਲਾਂ ਬਹੁਤ ਵੱਡੇ ਹਾਸੇ ਕਲਾਕਾਰ ਵੀ ਸੀਗੇ ਭਗਵੰਤ ਮਾਨ ਸਾਹਿਬ, ਇਹਦਾ ਮਤਲਬ ਪੈਸਾ ਨਹੀਂ ਕੁਝ ਵੀ। ਉਹ ਜੁਮਲੇ ਤਾਂ ਕੱਸ ਰਿਹਾ, ਹੋਰ ਉਹ ਕੀ ਕਰ ਰਿਹਾ, ਭੰਡ ਸੀਗੇ ਭੰਡਾਲੇ ਕੰਮ ਕਰ ਰਿਹਾ, ਹੁਣ ਤਾਂ ਭੰਡ ਵੀ ਇਹਨਾਂ ਤੋਂ ਕੰਨੀ ਕਤਰਾਉਣ ਲੱਗ ਪਏ। ਦਿੱਲੀ ਮੋਰਚੇ 'ਚ ਦੇਖਿਆ ਨਾ, ਭੰਡ ਜਿਹੜੇ ਆ ਉਹ ਹੋਰ ਤਰ੍ਹਾਂ ਦੀ ਰਾਜਨੀਤਿਕ ਗੱਲਾਂ ਕਰਨ ਲੱਗ ਪਏ, ਅਤੇ ਇਹ ਜਿਹੜੇ ਭੰਡਾਂ ਤੋਂ ਵੀ ਨਿਕੰਮੇ ਹੋ ਗਏ। ਇਹ ਭਗਵੰਤ ਮਾਨ ਜਿਹੜਾ ਸਰਕਾਰਾਂ ਦੀ ਗੱਲ ਕਰਦਾ ਕਰਦਾ, ਲੋਕਾਂ ਦੇ ਹੱਕਾਂ ਦੀ ਗੱਲ ਕਰਦਾ ਕਰਦਾ ਆਪ ਉਹਨਾਂ ਸਰਕਾਰਾਂ ਦੀ ਕੱਠਪੁਤਲੀ ਹੋ ਗਿਆ, ਅੱਜ ਇਹਦੇ ਮੂੰਹ 'ਤੇ ਸਿੱਕਰੀ ਜੰਮੀ ਆ ਜਿਹਦੇ ਮੂੰਹ 'ਚੋਂ ਪੰਜਾਬ ਦੇ ਲੋਕਾਂ ਲਈ ਇੱਕ ਵੀ ਗੱਲ ਨਹੀਂ ਨਿਕਲ ਰਹੀ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ 23 ਮਾਰਚ ਵਾਲੇ ਦਿਨ ਇੱਕ ਨੰਬਰ ਜਾਰੀ ਕੀਤਾ ਗਿਆ ਸੀ ਜਿਸ ਵਿੱਚ ਲੋਕ ਆਪਣੀਆਂ ਸ਼ਿਕਾਇਤਾਂ ਦਰਜ ਕਰਵਾ ਸਕਦੇ ਸਨ, ਲੇਕਿਨ ਜਦੋਂ ਉਸ ਨੰਬਰ ਨੂੰ ਡਾਇਲ ਕੀਤਾ ਜਾਂਦਾ ਹੈ ਤਾਂ ਉਹ ਨੰਬਰ ਜਿਹੜਾ ਵਾ ਐਗਜ਼ਿਟ ਹੀ ਨਹੀਂ ਦੱਸਿਆ ਜਾਂਦਾ, ਕਿਹਾ ਜਾ ਰਿਹਾ ਕਿ ਉਹ ਨੰਬਰ ਵਰਕਿੰਗ 'ਚ ਨਹੀਂ ਹੈਗਾ। ਦੂਸਰੇ ਪਾਸੇ ਅਗਰ ਗੱਲ ਕੀਤੀ ਜਾਵੇ ਤਾਂ ਬਹੁਤ ਸਾਰੇ ਲੋਕਾਂ ਵੱਲੋਂ ਇਸ ਨੂੰ ਲੈ ਕੇ ਬਹੁਤ ਸਾਰਾ ਟ੍ਰੋਲ ਜਿਹੜਾ ਆ ਉਹ ਕੀਤਾ ਜਾ ਰਿਹਾ, ਅਤੇ ਕਿਹਾ ਜਾ ਰਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਲਗਾਤਾਰ ਹੀ ਝੂਠ 'ਤੇ ਝੂਠ ਜੋ ਹੈ ਉਹ ਬੋਲਦੇ ਜਾ ਰਹੇ ਨੇ। ਇਸੇ ਨਾਲ ਇਸੇ ਵਾਪਸ ਆ ਨਾਲ ਗੱਲਬਾਤ ਕਰਨ ਲਈ ਤਿਆਰ ਨੇ ਹੈਰੀ ਜੀ, ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਤੋਂ ਨੇ।
हैरी जी लगातार ही तुसी बिल्ला भी लाया आया शहीद भगत सिंह जी का, उन्हां दे पूर्णिया ते भी चल रहे हो, लेकिन लगता है कि 23 मार्च वाले दिन जिस दिन उन्हां दी शहादत होई सी उस जगह ते पंजाब दे मुख्यमंत्री साहब नंबर देंदे ने और उस तो बाद वो नंबर जिहड़ा वा वर्किंग च नहीं हुंदा, लगता दुख लगता जी? बहुत दुखांत वाली गल आ पंजाब लई, क्योंकि पूरे पंजाब नूं जिहड़ा एक धोखे च रख के सत्ता चाही सरकार, जिहड़ा भगत सिंह दा इनकलाब दा नारा सी, उस तो पहलां एक नारा सी सामराजवाद मुरदाबाद, तो उस तो बाद सीगा जिहड़ा इनकलाब जिंदाबाद दा जिहड़ा पूरा नारा आ, पर इस सरकार ने की किया इनकलाब दा नारा जिहड़ा वा वह अपने हितां लई वरत्या ते सामराज दे हथ टकुआ बन गए। अज एक नंबर जारी किया सी, मैं तकरीबन काफ़ी लंबे समय तो नंबर जारी किया सी वी लोगों जिहड़ियां परेशानियां आ रही कोई नशे बाबत गल करनी है जो प्रशासन बारे बाबत गल करनी है तो उस नंबर पर तुसीं जिहड़ा वा सानू मिस कॉल दिओ, असीं तुहानू बैक कॉल करांगे जां तुहाडे घर आ पावांगे। पर भगवंत मान साहब जदों दी शादी कर ली आ उस तो बाद वो नंबर ही बंद आ। एक तो जिहड़ा पंजाब दे लोकां नाल धोखा कीता नाल दी नाल भगत सिंह दी उस मिट्टी जिथे वो जम्मिया पलिया खेडिया ओदी जिथे यादगार आ अज उस मिट्टी का भी इसने अपमान किया। इहदे माता जी भगवंत मान साहब दे माता जी उत्थों बुक भर के एक मिट्टी का जिहड़ा अपने घर भी लैके गए आ, किते ना किते मिट्टी जिहड़ी आ रोज़ सवेरे भगवंत मान नूं जिहड़ी आ लानता पाउंदी होगी, लानती आ तू मैनू इस करके अपने घर लिया भी मैनू रोज़ शर्मिंदा होना पवे। अज भगवंत मान शर्मिंदा नहीं, अज भगत सिंह दे जिहड़े पिंड दी मिट्टी जिहड़ी आ ओह शर्मिंदा। तुसीं देखियो आ मैं नंबर हुणे डायल करदा, मैं लगातार इस नंबर नूं डायल कर रहा भी लोकां दी जिहड़ियां मुश्किलां उहनां ते जिहड़ा वा इन्हां नाल गलबात की जाए लोकां दे, तुसीं आप सुन लो पहला। Dialed is invalid. Please check the number you have dialed. आपके द्वारा डायल किया गया नंबर अमान्य है, कृपया डायल किए गए नंबर की जांच कर लें। तुहाडे द्वारा डायल किया गया नंबर सही नहीं है, कृपा करके डायल किए गए ਜਿਵੇਂ ਇਸ ਤਰ੍ਹਾਂ ਦੀਆਂ ਬਹੁਤ ਸਾਰੀਆਂ ਸਰਬਜੀਤ ਜੀ ਵੀਡੀਓਜ਼ ਵੀ ਸਾਹਮਣੇ ਆ ਰਹੀਆਂ ਨੇ, ਬਹੁਤ ਸਾਰੇ ਲੋਕ ਜਿਹੜੇ ਨੇ ਹੁਣ ਤਾਂਜ ਵੀ ਕੱਸ ਰਹੇ, ਕਹਿੰਦੇ ਕਿ ਸੁਖਬੀਰ ਸਿੰਘ ਬਾਦਲ ਨੂੰ ਗੱਪੀ ਦਾ ਖਿਤਾਬ ਦਿੱਤਾ ਸੀਗਾ ਭਗਵੰਤ ਸਿੰਘ ਮਾਨ ਨੇ, ਕੈਪਟਨ ਅਮਰਿੰਦਰ ਸਿੰਘ ਉੱਤੇ ਬਹੁਤ ਸਾਰੇ ਤਾਂਜ ਕੱਸੇ, ਕਹਿੰਦੇ ਕਿ 4 ਮਹੀਨੇ 'ਚ ਨਸ਼ਾ ਖਤਮ ਕਰਨ ਦੀ ਗੱਲ ਕੀਤੀ ਗਈ ਉਹ ਖਤਮ ਨਹੀਂ ਹੋ ਪਾਇਆ, ਹੁਣ ਆਪਣੀਆਂ ਵੀਡੀਓ ਸਾਹਮਣੇ ਆ ਰਹੀਆਂ ਨੇ, ਲੱਗਦਾ ਆ ਕਿ ਸਰਕਾਰ ਨੂੰ ਕੋਈ ਨਾ ਕੋਈ ਸੰਜੀਦਾ ਹੋਣ ਦੀ ਜ਼ਰੂਰਤ ਹੈ? ਪਹਿਲਾਂ ਤਾਂ ਗੱਲ ਆ ਵੀ ਇਸ ਨੰਬਰ ਦੀ ਪੰਜਾਬ ਸਰਕਾਰ ਨੇ ਨੰਬਰ ਇਸ਼ੂ ਕਰਕੇ ਉਸ ਦੀ ਸ਼ਹਾਦਤ ਦਾ ਵੀ ਮਜ਼ਾਕ ਉਡਾਇਆ, ਜਿਸ ਨੇ ਇਸ ਦੇਸ਼ ਲਈ ਆਪਣਾ ਜਿਹੜਾ ਉਹ ਵੱਖਰਾ ਰਾਹ ਚੁਣਿਆ ਅਤੇ ਰੱਸਾ ਚੁੰਮ ਕੇ ਗੱਲ 'ਚ ਪਾਇਆ ਅਤੇ ਲੋਕਾਂ ਦੇ ਦੁੱਖ ਦਰਦ ਬਿਆਨ ਉਹ ਅਸਲ ਵਿੱਚ ਆਜ਼ਾਦੀ ਲਈ ਘੱਟ ਅਤੇ ਲੋਕਾਂ ਦੀ ਗੱਲ ਲਈ ਜ਼ਿਆਦਾ ਲੜਿਆ, ਪਰ ਅੱਜ ਭਗਵੰਤ ਮਾਨ ਸਾਹਿਬ ਜਿਹੜੇ ਆ ਉਹ ਭਗਤ ਸਿੰਘ ਦਾ ਨਾਂ ਵਰਤ ਕੇ ਸੱਤਾ 'ਚ ਆ ਗਏ, ਪਰ ਉਹਨਾਂ ਦੇ ਪੂਰਨਿਆਂ 'ਤੇ ਨਹੀਂ ਚੱਲ ਸਕੇ। ਕਹਿੰਦੇ ਪੁੱਤ ਹੁੰਦੇ 4, ਠੀਕ ਆ, ਇੱਕ ਪੁੱਤ ਡਾਕਟਰ ਬਣਦਾ, ਇੱਕ ਪੁੱਤ ਵਕੀਲ ਬਣਦਾ, ਪਰ ਜਿਹੜਾ ਵਿਹਲੜ ਹੁੰਦਾ ਕਹਿੰਦਾ ਪਿਓ ਦੀ ਬੜੀ ਤਰਫਦਾਰੀ ਕਰਦਾ ਵੀ ਇਹ ਮੇਰਾ ਪੁੱਤ ਬਹੁਤ ਸੱਜਾ ਬਹੁਤ ਵਧੀਆ, ਅਤੇ ਉਹ ਲੋਕ ਉਹਨੂੰ ਪੁੱਛਦੇ ਵੀ ਇਹ ਪੁੱਤ ਦੀ ਜ਼ਿਆਦਾ ਤਾਰੀਫ ਕਿਉਂ ਕਰਦਾ, ਅਤੇ ਵਿਹਲੜ ਆ, ਕਹਿੰਦਾ ਨਹੀਂ ਨਾਲੇ ਨਸ਼ਾ ਵੀ ਵੇਚਦਾ ਅਤੇ ਨਾਲੇ ਜਿਹੜਾ ਵਾ ਚੋਰੀਆਂ ਵੀ ਕਰਦਾ, ਅਤੇ ਉਹ ਮੈਨੂੰ 10,000 ਰੁਪਏ ਮਹੀਨਾ ਦਿੰਦੇ ਅਤੇ ਇਹ ਮੈਨੂੰ 50,000 ਰੁਪਏ ਦਿੰਦਾ, ਮੈਂ ਇਹਦੀ ਹੀ ਗੱਲ ਕਰੂੰਗਾ। ਅੱਜ ਭਗਵੰਤ ਮਾਨ ਸਾਹਿਬ ਨਾਲ ਉਹ ਗੱਲ ਹੋ ਰਹੀ ਆ, ਕੇਜਰੀਵਾਲ ਦਾ ਇਹ ਪੁੱਤ ਬਣ ਗਿਆ, ਪੁੱਤ ਬਣ ਕੇ ਸਾਰਾ ਕੁਛ ਲਟਾ ਕੇ ਜਿਹੜਾ ਦਿੱਲੀ ਭੇਜ ਰਿਹਾ, ਦਿੱਲੀ ਭੇਜ ਕੇ ਅਤੇ ਇੱਥੇ ਬੋਰਡ ਲਵਾ ਰਿਹਾ ਸਾਡਾ ਕੰਮ ਬੋਲਦਾ ਅਤੇ ਦਿੱਲੀ 'ਚ ਲੱਗ ਰਿਹਾ ਸਾਡਾ ਕੰਮ ਬੋਲਦਾ। ਗੱਲ ਆ ਠੀਕ ਆ ਕੰਮ ਬੋਲ ਰਿਹਾ, ਉਹਨਾਂ ਦਾ ਵਿਆਹ ਨਵਾਂ ਨਵਾਂ ਹੋਇਆ, ਮੈਂ ਇਸ 'ਚ ਦੋਏ ਰਾਏ ਨਹੀਂ, ਪਰ ਅੱਜ ਦੇ ਦਿਨ 'ਤੇ ਅੱਜ ਤੁਸੀਂ ਦੇਖਿਆ ਨਾ ਜਿਹੜਾ ਕੰਮ ਸੀਗਾ ਉਹਨੇ ਰਾਵਣ ਨੂੰ ਮਾਰਿਆ, ਪਰ ਰਾਵਣ ਤੁਸੀਂ ਇੱਕ ਗੱਲ ਕਹੋ ਵੀ ਰਾਵਣ ਬਹੁਤ ਮਾੜਾ ਸੀਗਾ, ਮੈਂ ਇਸ ਗੱਲ ਨਾਲ ਸਹਿਮਤ ਨਹੀਂ। ਰਾਵਣ ਨੇ ਤਾਂ ਆਪਣੀ ਲੰਕਾ ਜਿਹੜੀ ਸੋਨੇ ਦੀ ਬਣਾ ਦਿੱਤੀ ਸੀ, ਅਤੇ ਗਲੀਆਂ ਨਾਲੀਆਂ 'ਤੇ ਜੇ ਉਹਦੀ ਲੰਕਾ ਸੋਨੇ ਦੀ ਤਾਂ ਗਲੀਆਂ ਨਾਲੀਆਂ ਵੀ ਸੋਨੇ ਚਾਂਦੀ ਦੀਆਂ ਬਣੀਆਂ ਹੋਈਆਂ ਸੀ, ਪਰ ਇਸ ਸਰਕਾਰ ਨੇ ਤਾਂ ਜਿਹੜੀਆਂ ਗਲੀਆਂ ਬਣੀਆਂ ਸੀ ਉਹ ਵੀ ਪੱਟ ਕੇ ਪਰੇ ਮਾਰੀਆਂ। ਇਹਦਾ ਮਤਲਬ ਕਿ ਸਭ ਤੋਂ ਵੱਡੇ ਰਾਵਣ ਇਹ ਨੇ। ਅੱਜ ਥੋੜ੍ਹੀ ਦੇਰ ਪਹਿਲਾਂ ਮੈਂ ਇੱਥੋਂ ਗੁਜ਼ਰ ਰਿਹਾ ਸੀ ਹਾਲਗੇਟ ਦੇ ਬਾਹਰੋਂ, ਅਤੇ ਮਜ਼ਦੂਰਾਂ ਨੇ ਉਹ ਮਜ਼ਦੂਰਾਂ ਨੇ ਜਿਹੜੇ ਇਸ ਵੇਲੇ ਰੇਤਾ ਤੋਂ ਅੱਕੇ ਬੈਠੇ ਆ ਆਪਣੇ ਘਰਾਂ 'ਚ ਬੈਠੇ, ਅੱਜ ਲੋਕ ਦੁਸ਼ਹਿਰਾ ਮਨਾ ਰਹੇ ਆ, ਪਰ ਅੱਜ ਉਹ ਮਜ਼ਦੂਰ ਜਿਹੜੇ ਖੂਨ ਦੇ ਹੰਝੂ ਰੋ ਰਹੇ ਆ ਇਸ ਸਰਕਾਰ ਦਾ ਪਿੱਟ ਸਿਆਪਾ ਕਰ ਰਹੇ 6 ਮਹੀਨਿਆਂ ਦੇ ਵਿੱਚ, ਅੱਜ ਇੱਥੇ ਕੇਜਰੀਵਾਲ ਭਗਵੰਤ ਮਾਨ ਅਤੇ ਨਿੱਜਰ ਸਾਹਿਬ ਦਾ ਜਿਹੜਾ ਪੁਤਲਾ ਮਜ਼ਦੂਰਾਂ ਵੱਲੋਂ ਫੂਕਿਆ ਗਿਆ, ਇਤਿਹਾਸ 'ਚ ਪਹਿਲੀ ਵਾਰੀ ਇਹ ਹੋਇਆ ਵੀ ਜਿਹੜੇ ਮਜ਼ਦੂਰ
मजदूर वर्ग अपने हकों लई जिहड़ा सड़क ते उतरिया ते जदों जदों भी मजदूर सड़कां ते उतरिया उदों एक बड़ी तब्दीली आई, बड़ा वड्डा बदलाव आया। जिहड़े बदलाव की यह गल करदे सी इन्हां ते साम्राज्यां दे हक दा बदलाव लिआउण दी गल कीती, पर अज मैनूं खुशी होई है जदों मजदूर पाटे कपड़े पा के रोटियां उन्हां दे हत्थां च आ, जिहड़े डब्बे उन्हां दे घरों पैक हो के आउंदे विचारे दुपहरे खाणा नहीं खांदे, उही रात नूं वापस लै आंदे वी शायद सानूं रात नूं भुखा ना सोना पवे, दुपहर वाला खाणा खा लांगे। अज साडे देश दी इह त्रासदी आ, साडियां धीआं भैणां दीआं रोज़ चुन्नियां लाई जांदे भगवंत मान साहब दे घर दे बाहर। लेकिन भगवंत मान साहब तो गुजरात च कहिंदे ने कि प्रदर्शन ही बड़े घट गए ने पहलियां सरकारां नाल। नहीं नहीं नहीं, उन्होंने एक गल की भी पहला जिहड़े प्रदर्शन होंदे सी थोड़े घट हो रहे सी, हुण पंजाब दे विच लगातार धरने मुजाहरे हो रहे ते साडी सरकार उन्हां नूं फड़ फड़ के डंडे मार मार के रुजगार दे रही आ, कुड़ियां दीआं चुन्नियां ला ला के असीं उन्हां नूं रुजगार देण दी कोशिश कर रहे हां, पर ओह रुजगार नहीं लै रहे। असीं अपने नौजवान सरदार भैण भरावां दीआं पग्गां नूं हत्थ पा के उन्हां नूं रुजगार देण दी कोशिश कर रहे हां, पर पंजाब दा नौजवान रुजगार नहीं लै रहा। तो यही वह गुणगान जिहड़ा वा भी गुजरात च कर रहा भी असीं इस तरह का बुला ही गुजरात च लिआउणा, भरावो बाजो इतों। मैं गुजरात वालों नूं कहिंदा गुजराती नहीं मैनूं आउंदी, जे कितें आउंदी हुंदी मैं उहदे च ही बोलदा। अज जा के ਚੰਨੀ ਸਾਰਿਆਂ ਨੂੰ ਆਉਂਦੀ ਜੇ ਗੁਜਰਾਤੀ ਕਿਸੇ ਨੂੰ ਆਵੇ ਭਾਣਾ। ਦੂਸਰੀ ਗੱਲ ਹੈ ਵੀ ਚੰਨੀ ਸਾਹਿਬ, ਹਾਂ ਬਿਲਕੁਲ ਠੀਕ ਆ, ਮੈਂ ਉਹਨਾਂ ਨੂੰ ਫਿਰ ਇਸ 'ਚ ਸੁਣਾ ਦੇ ਦਿੰਦਾ ਵੀ ਇੱਥੋਂ ਵੱਜਿਓ, ਇਸ ਉੱਡਣੇ ਸੱਪ ਆ ਚੰਨੀ ਨੇ ਭੰਗੜਾ ਪਾਇਆ, ਇਹ ਗਰਬਾ ਕਰਾਇਆ। ਉਹ ਭਰਾਵਾ ਸੀ ਐੱਮ ਦੀ ਮਰਿਆਦਾ ਰੱਖੋ, ਸੀ ਐੱਮ ਭੰਗੜੇ ਪਾਉਣ ਨੂੰ ਨਹੀਂ, ਲੁੱਡੀਆਂ ਪਾਉਣ ਨੂੰ ਨਹੀਂ ਰੱਖੇ, ਗਰਬਾ ਖੇਡਣ ਨੂੰ ਨਹੀਂ ਰੱਖੇ। ਉਹ ਲੋਕਾਂ ਦੀਆਂ ਤੰਗੀਆਂ ਤਰੁਸ਼ੀਆਂ ਜਿਹੜੇ ਲੋਕਾਂ ਦੇ ਨਾਲ ਤੁਸੀਂ ਵਾਅਦੇ ਕਰਕੇ ਆਓ, ਜਿਹੜੀਆਂ ਭੈਣਾਂ ਨੂੰ ਘੱਟੋ ਘੱਟ 1,000 ਰੁਪਏ ਦਾ ਵਾਅਦਾ ਕੀਤਾ ਉਹੀ ਪੂਰਾ ਕਰ ਦਿਓ। ਤੁਸੀਂ ਲੋਕਾਂ ਨੂੰ ਝੂਠ ਬੋਲ ਕੇ ਲਾਲਚ ਦੇ ਕੇ ਸੱਤਾ ਚਾਹੇ ਹੋ, ਸਾਮਰਾਜ ਦਾ ਪਹਿਲਾ ਪੈਰ ਧਰਾਵਾ ਹੁੰਦਾ ਲਾਲਚ ਦੇਣਾ, ਅਤੇ ਇਹਨਾਂ ਨੇ ਸਾਮਰਾਜ ਨੂੰ ਵਧਾਵਾ ਕੀਤਾ, ਇਨਕਲਾਬ ਦੇ ਨਾਰੇ ਨੂੰ ਪਰਿਆਂ ਦਿਰਕਨਾਰ ਕਰਤਾ। ਇਹਨਾਂ ਨੇ ਆਪਣੇ ਮੂੰਹ 'ਤੇ ਨਾਰਾ ਲਿਆ ਕੇ ਸੱਤਾ 'ਚ ਜ਼ਰੂਰ ਆਏ ਆ, ਪਰ ਜਿਹੜੇ ਪੈਰੋਕਾਰ ਨੇ ਜਿਹੜੇ ਇਹ ਗੱਲ ਕਰਦੇ ਉਹ ਸਾਮਰਾਜ ਦੀ ਗੱਲ ਕਰਦੇ। ਅੱਜ ਗੱਲ ਕਰਦੇ ਹਾਂ ਅਸੀਂ ਰੇਤ ਮਾਫੀਆ ਦੀ, ਇਹਨਾਂ ਨੇ ਬੜਾ ਰੌਲਾ ਪਾਇਆ, ਰੇਤ ਆਪਾਂ ਇੰਝ ਕਰ ਦਿਆਂਗੇ ਉਂਝ ਕਰ ਦਿਆਂਗੇ, ਸਾਡੇ ਹੱਥਾਂ 'ਚੋਂ ਖੋਲੀ ਰੇਤ, ਹੁਣ ਤਾਂ ਆਪਾਂ ਆਪਣੇ ਸਿਰ 'ਚ ਵੀ ਨਹੀਂ ਪਾ ਸਕਦੇ ਰੇਤ, ਇੰਨੀ ਮਹਿੰਗੀ ਕਰਤੀ। ਤੁਸੀਂ ਕਿਤੇ ਅੱਗੇ ਕਹਿ ਲੈਂਦੇ ਆਪਾਂ ਮਿੱਟੀ ਪਾ ਲੈਂਦੇ, ਰੇਤ ਪਾ ਲੈਂਦੇ, ਹੁਣ ਆਪਾਂ 1 ਕਿਲੋ ਰੇਤ ਲੈਣੇ ਹੋਏ, ਸ਼ਾਇਦ ਮੇਰੇ 'ਤੇ ਮਾਈਨਿੰਗ ਦਾ ਪਰਚਾ ਹੋ ਜੇ, ਮੈਂ ਲਿਫਾਫੇ 'ਚ ਲੈ ਕੇ ਆਵਾਂ, ਹੁਣ ਤਾਂ ਮੈਨੂੰ ਡਰ ਲੱਗਦਾ ਮੈਂ ਰੇਤ ਕਿਤੇ ਆਪਣੇ ਸਰਕਾਰ ਦੇ ਜਿਹੜੇ ਕਾਰਨਾਮੇ ਆ ਉਹਨਾਂ ਨੂੰ ਸੁਣ ਕੇ ਉਹ ਰੇਤ ਦੀ ਬੁੱਕ ਆਪਣੇ ਸਿਰ 'ਚ ਪਾਲਾਂ, ਅਤੇ ਮੇਰੇ 'ਤੇ ਸ਼ਾਇਦ ਰੇਤ ਮਾਫੀਆ ਦਾ ਜਿਹੜਾ ਰੇਤ ਮਾਈਨਿੰਗ ਦਾ ਜਿਹੜਾ ਪਰਚਾ ਕਰ ਦੇਣ, ਕਿਉਂ ਵੀ ਇਹਨਾਂ ਨੇ ਖੱਚਰਾਂ 'ਤੇ ਵੀ ਕੀਤਾ ਅਤੇ ਰੇੜੇ ਘੋੜਿਆਂ 'ਤੇ ਵੀ ਕੀਤਾ, ਬੰਦਿਆਂ 'ਤੇ ਨਹੀਂ ਹੋਇਆ, ਉਹ ਵਿਚਾਰੇ ਥੋੜ੍ਹੀ ਥੋੜ੍ਹੀ ਰੇਤ ਲੈ ਕੇ ਜਾ ਰਹੇ ਸੀ। ਨਾਲ ਦੀ ਨਾਲ ਇਹ ਸੱਤਾ 'ਚ ਆਉਣ ਨਾਲ ਇਹਨਾਂ ਨੇ ਰੇਤ ਮਾਫੀਆ ਨਾਲ ਹੱਥ ਮਿਲਾਏ, ਨਾਲ ਦੀ ਨਾਲ ਇਹਨਾਂ ਨੇ ਗੱਲ ਕੀਤੀ ਅਸੀਂ 4 ਹਫ਼ਤਿਆਂ 'ਚ, 4 ਮਹੀਨੇ ਨਹੀਂ ਉਹਨੇ 4 ਮਹੀਨੇ ਕਿਹਾ ਸੀ, 100 ਦਿਨ ਕਿਹਾ ਸੀ, ਸੋਰੀ ਇਹਨਾਂ ਨੇ 4 ਹਫ਼ਤੇ ਕਿਹਾ, 4 ਹਫ਼ਤਿਆਂ 'ਚ ਨਸ਼ਾ ਖਤਮ ਕਰਦਾ, 6 ਮਹੀਨੇ ਹੋ ਗਏ। ਇਹਨਾਂ ਨੇ ਸਿੱਧੇ ਹੱਥ, ਇਹਨਾਂ ਦੇ MLA ਨੇ 92 ਨੇ ਸਿੱਧੇ ਹੱਥ ਜਿਹੜੇ ਆ ਉਹ ਨਾਲ ਰਲਾ ਲਏ ਨਸ਼ਾ ਤਸਕਰਾਂ ਨਾਲ, ਵੱਡੀਆਂ ਮੱਛੀਆਂ ਨਾਲ, ਬਿਲਕੁਲ ਮਗਰ ਮੱਛੀਆਂ ਨਾਲ ਨਹੀਂ, ਵੇਲ ਮੱਛੀਆਂ ਨਾਲ, ਵੱਡੀਆਂ ਮੇਲ ਮੱਛੀਆਂ ਨਾਲ ਉਹਨਾਂ ਨਾਲ ਹੱਥ ਰਲਾ ਲਏ। ਅੱਜ ਉਹਨਾਂ ਨਾਲ ਹੱਥ ਰਲਾ ਕੇ ਬੜੇ ਵੱਡੇ ਪੱਧਰ 'ਤੇ ਜਿਹੜਾ ਪੰਜਾਬ 'ਚ ਨਸ਼ਾ ਭੇਜ ਰਹੇ ਆ ਰੇਤ ਮਾਫੀਆ ਨਾਲ ਰਲ ਕੇ, ਜਿਹੜੀ ਰੇਤ ਘੁੱਟ ਲਈ ਆ, ਤੁਸੀਂ ਬਾਜ਼ਾਰ 'ਚ ਚਲੇ ਜਾਓ ਤੁਹਾਨੂੰ ਰੇਤ ਨਹੀਂ ਮਿਲੂਗੀ, ਤੁਹਾਨੂੰ ਸਮੈਕ ਮਿਲ ਜੂਗੀ, ਤੁਹਾਨੂੰ ਹੀਰੋਇਨ ਮਿਲ ਜੂਗੀ, ਗਲੀਆਂ ਦੀਆਂ ਗਲੀਆਂ 'ਚ ਮਿਲ ਜੂਗੀ, ਤੁਸੀਂ ਸ਼ਾਮ ਨੂੰ 8 ਵਜੇ ਜਿਹੜੇ ਜਿਹੜੇ ਇਲਾਕੇ ਮਸ਼ਹੂਰ ਆ ਉੱਥੇ ਚਲੇ ਜਾਓ, ਲੋਕ ਸੜਕਾਂ ਦੇ ਉੱਤੇ ਲੰਮੇ ਪਏ ਨਸ਼ੇ ਨਾਲ ਗ੍ਰਸਤ ਮਿਲਣਗੇ। ਇਹ ਪੰਜਾਬ 'ਚ ਬਦਲਾਅ ਆਇਆ। ਤੁਸੀਂ ਵੀ ਇੱਕ ਸਟਿੰਗ ਓਪਰੇਸ਼ਨ ਕੀਤਾ ਸੀਗਾ ਇਸੇ ਨੂੰ ਮਾਪਤ ਲੈ ਕੇ, ਬਾਅਦ 'ਚੋਂ ਕਹਿੰਦੇ ਤੁਹਾਨੂੰ ਵੀ ਬੜੀਆਂ ਧਮਕੀਆਂ ਆਈਆਂ ਸੀਗੀਆਂ। ਦੇਖੋ ਧਮਕੀਆਂ ਦਾ ਤਾਂ ਮੈਨੂੰ ਕੋਈ ਅਸਰ ਨਹੀਂ, ਰੱਬ ਨੇ ਜ਼ਿੰਦਗੀ ਇੱਕ ਦੇਣੀ ਹੈ, ਪਰਮਾਤਮਾ ਨੇ, ਕੁਦਰਤ ਨੇ ਜ਼ਿੰਦਗੀ ਇੱਕ ਦੇਣੀ ਆ, ਜਿੰਨੀ ਦੇਰ ਜੀਣੀ ਆ ਹੱਕ ਲਈ ਲੜਨਾ, ਸੱਚ ਲਈ ਲੜਨਾ, ਕਿਉਂਕਿ ਮੈਂ ਭਗਤ ਸਿੰਘ ਪੜ੍ਹਿਆ, ਮੈਂ ਅਸਲੀ ਭਗਤ ਸਿੰਘ ਦੇ ਪੂਰਨਿਆਂ 'ਤੇ ਚੱਲਦਾ, ਜੇ ਉਹਨੇ ਰੱਸਾ ਚੁੰਮਿਆ ਹੈ ਤਾਂ ਜੇ ਜ਼ਰੂਰਤ ਪਈ ਤਾਂ ਸਾਨੂੰ ਵੀ ਗੋਲੀ ਵਾਜੂ, ਜਾਂ ਸਾਨੂੰ ਕੋਈ ਵੱਢ ਕੇ ਸੁੱਟ ਜਾਣਗੇ, ਜਾਂ ਸਾਡਾ ਕਤਲ ਕਰ ਜਾਣਗੇ, ਸਾਨੂੰ ਕੋਈ ਫਰਕ ਨਹੀਂ ਪੈਂਦਾ। ਖਾਲਸਾ 'ਚ ਵੀ ਤੁਸੀਂ ਪ੍ਰੋਟੈਸਟ ਕੀਤਾ ਸੀਗਾ ਨਸ਼ੇ ਨੂੰ ਲੈ ਕੇ, ਜਿਹੜੀ ਬੇਅਦਬੀ ਹੋ ਰਹੀ ਹੈ ਲਗਾਤਾਰ ਹੀ, ਕੌਂਸਲਰ ਵੱਲੋਂ ਜੋ ਦਿਲ ਵਧੀਆ ਕੀਤੀਆਂ ਜਾ ਰਹੀਆਂ ਉਹਨੂੰ ਲੈ ਕੇ ਵੀ ਪ੍ਰਦਰਸ਼ਨ ਕੀਤਾ, ਕਹਿੰਦੇ ਉੱਥੋਂ ਵੀ ਬਾਅਦ 'ਚ ਧਮਕੀਆਂ ਆਉਣੀਆਂ ਸ਼ੁਰੂ ਹੋ ਗਈਆਂ। ਉਹ ਬੜਾ ਕੁਛ ਚੱਲ ਰਿਹਾ, ਇਹ ਛੋਟੀਆਂ ਗੱਲਾਂ ਸਾਡੇ ਲਈ, ਲੜਾਈ ਸਾਡੀ ਨਸ਼ਾ ਖਤਮ ਕਰਨ ਦੀ ਆ, ਮਜ਼ਦੂਰਾਂ ਨੂੰ ਉਹਨਾਂ ਦੇ ਹੱਕ ਦਵਾਉਣ ਦੀ ਆ, ਜਿਹੜਾ ਰੇਤ ਮਾਫੀਆ ਰਾਹੀਂ ਲੁੱਟਿਆ ਜਾ ਰਿਹਾ। ਮੈਂ ਸਟਿੰਗ ਜਿਹੜਾ ਲਗਾਤਾਰ ਅੱਜ ਪ੍ਰਸ਼ਾਸਨ ਨਾਲ ਗੱਲ ਕਰਦੇ ਹਾਂ, ਪ੍ਰਸ਼ਾਸਨ ਕਹਿੰਦਾ ਸਾਡੇ ਇਲਾਕੇ 'ਚ ਜਿਹੜਾ ਨਸ਼ਾ ਖਤਮ ਹੋ ਗਿਆ। ਮੈਂ ਉਹਨਾਂ ਨੂੰ ਫੜ ਫੜ ਕੇ ਦੱਸ ਰਿਹਾ ਵੀ ਆਹ ਬੰਦੇ ਪੀ ਰਹੇ ਆ, ਇਹਨਾਂ ਨੂੰ ਪੁੱਛੋ। ਜਸਵੀਰ ਸਿੰਘ ਸੰਧੂ ਨੂੰ ਦੱਸਿਆ? ਜਸਵੀਰ ਸਿੰਘ ਸੰਧੂ ਮੇਰਾ ਫੋਨ ਹੀ ਨਹੀਂ ਚੁੱਕਦੇ, ਹੁਣੇ ਲਾ ਲੈਂਦੇ ਨਹੀਂ ਚੁੱਕਣਾ ਉਹਨਾਂ ਨੇ। ਉਹ ਤਾਂ ਕਹਿੰਦੇ ਸੀ ਮੈਨੂੰ ਇੱਕ ਇੱਕ ਗਲੀ ਦਾ ਪਤਾ, ਮੈਂ ਬਹੁਤ ਵਾਰ ਇੰਟਰਵਿਊ ਕੀਤੀ, ਕਹਿੰਦੇ ਕਿ ਮੈਨੂੰ ਕੋਟ ਖਾਲਸਾ ਦੀ ਜਾਂ ਜਿਹੜੇ ਉਹਨਾਂ ਦੇ ਹਲਕੇ ਦੀ ਇੱਕ ਇੱਕ ਗਲੀ ਦਾ ਪਤਾ, ਕਿੱਥੇ ਕੀ ਵੇਖਦਾ ਕਿੱਥੇ ਕੀ ਨਹੀਂ ਵੇਖਦਾ। ਉੱਥੋਂ ਫਿਰ ਮਹੀਨਾ ਲੱਭ ਪਿਆ ਨਾ,
असल च उतो महीना आने लग पाया उन्होंने भी उन्होंने प्रशासन भी महीना आ रहा है जो पुल तो नशा फड़िया गया मेरे ख्याल उन्होंने हल्के बिल्कुल दोवें पुल उन्होंने हल्के पे थाने के जी टाउन चौंकी आदे पुल के उत्ते वेक रहा पी रहा तो एक कारपोरेशन उन्होंने घर के सामने जोड़ा पुल है उत्थे वेक रहा मतलब कह भाव ये आ भी इस वे लोग जड़े आ गलत सरकार चुन के अपने मुँह तो चपेड़ा आप मार रहे हैं इस वे एक पासे तो अगे जो आप प्रशासन ना कि गल करते हैं तो प्रशासन साड़ी बह के गल सुनता हूँ सी तो भी भाई बैठो आप कोई गल नहीं ताड़ी मसला हल करते हैं पर अज वो थानेदार कोट खालसा का मैनू रात को कहता भी तू मेरे कमरे चो बहर हो जा मैं चुप करके बाहर आ गया बह गया इंपलॉयज ने वास्ते बैठे ने तुहानू बाहर कि नहीं वो साडे इंपलॉयज नहीं गलत जे तुसी वो इंपलॉयज ने जिहड़े रेत माफिया स्मैक वेच रहे वो माफिया दे गुंडे अंसरां दे वो सेफर ने उन्होंने सेफ कर रहे उन्होंने प्रोटैक्ट कर रहे साडे नहीं तुसी देख लो कोई मजदूर बंदा कितने माड़ा जिहा एक गिलास शराब पी के उत्थे चले जाए तो उन्होंने कुट कुट दुंबा कर देंदे हाले जदों प्रोटेस्ट असी कर रहे सी उत्थे भी वेखी है वीडियो हाँ प्रोटेस्ट असी कर रहे सी तो चार बंदे उत्थे थाने दे बाहर ही लम्मे पए तो कह रहे इन्हां नूं मिर्गी पै गई मैं हाँ थाने दे विच मिर्गी पै गई यदा मतलब थानेदारा मिर्गी पै गई वह बंदा वेख के उत्थे रज्जा शराब ना ये हालात है वो पिछे चले जाइए थाने दे पिछे जिहड़ी पार्क है वो अगले पासे चले जाइए लगातार उत्थे जिहड़ा नशा वेखदा तो रात को 8 बजे उत्थे लाइना लगियां हुंदियां सड़कां दे उत्ते लम्मे पैंदे ये बदलाव आया इन्ना बदलाव भी हुण शरेआम विकन लग पिया तो शरे होम डिलीवरी शुरू हाँ होम डिलीवरी हुण कोरियर लोग कह रहे कहिंदे होम डिलीवरी शुरू कोरियर सिस्टम होम डिलीवरी तो बंदे नूं आप दे गणे नहीं कोरियर आ जांदा जी घर तुहाडी स्मैक आई है भाई परची सैन करो तो लै लो सरकार ने भेजी है सरकार दे कोरियर राही आई आ ये सरकार बड़े व्डे झूठे वादियां च लोगों नूं इहले ग्रस्त कर रही है सामराज का हथ टोका बन गई भगवंत मान कठपुतली बन गया नचदा फिरदा तुसीं देखिया होना तो दूसरे सूबे च जाके दस रहे पंजाब विच बड़ा बदलाव आ गया तुसीं उही बदलाव हुण जिहड़ा वा तुसीं जिहड़ा अपने गुजरात च लियाओ हिमाचल च लियाओ हरियाणे च लियाओ वो मैं आना गुरू आ कोई बदलाव की कोई लेखा जोखा तो 6 महीने का सानू दे घट्टो घट्ट कोई सरकार जदों आउंदी आ 100 दिनों बाद कोई लेखा जोखा दिंदी आ कहिंदे बिजली दे बिल जीरो करते साडा काम बोलदा औरतां सेफ हो गईआं साडा काम बोलदा कहिंदे सीगे कि कोई बोर्ड नहीं लगेगा बोर्ड लगने शुरू हो गए शायद वह भी काम बोलन लग पए औरतां सेफ हो गईआं तुसीं मकबूलपुर च देखिआ औरतां नशा करदियां यूनिवर्सिटी के बाहर तुसीं कुड़ियां देखिआ नशा करदियां कोट खालसा च कुड़ियां रोज़ नशा लैन आउंदियां देखिआ कुड़ियां सेफ हो गईआं इहनूं कहिंदे सेफ होणा सरकार सेफ होई आ लोकां नूं भोले भालियां नूं मूर्ख बना के हुण इत्थे पुतला फूका गया सरकार सेफ होई आ सरकार दे कम्म बोल रहे आ उत्थे बोर्ड लगा नाल ही अगले पासे जिथे पुतला फूकया गया उहदे उत्ते बोर्ड लगा सी सरकार दा कम्म बोलदा जिथे मैं नशे फड़ा रहा उन्हां बोर्डां दे पिछे जिथे लिखिआ मेरा कम्म बोलदा उन्हां दे पिछे जिहड़ा वा ओह नशा हो रहा इह सरकार दा कम्म बोल रहा पर्दे दे पिछे कुछ हो रहा विखावा कुछ हो रहा इस वेले कठपुतली का नाच चल रहा पर जदों पर्दा चक्या जाऊगा आने वाले समय जो पर्दा चक्या जाऊगा लोगों के हत्थां च जिहड़ा वा वह कख नहीं आना यह सरकार ने सानू लुट के खा जाना अज साडा मजदूर वर्ग कहिंदे ना कोई भी चीज़ चलती है छोटी गरारी तो चलती है तो फिर वड्डी गाड़ी गरारी जिहड़ी रिड़दी आ अज इन्होंने साडी छोटी गरारी कितने ना कितने स्टॉप करती उन्हूं रोक दिता तो सारा सिस्टम इस वेले अमृतसर का पूरे पंजाब का कारोबार बिल्कुल खत्म हो गया अज जे मजदूर नाल आया तो जिहड़ी अपना प्लाटिंग वाली सिस्टम है जिहड़े अपना रियल स्टेट के लोग जिहड़े आ ओह वी नाल आए आ वेखो एक एनओसी कहिंदे बंद हो गई बिल्कुल ही जिथे 90 एनओसी मिलदियां सीगियां हुण 10 रह गईआं सर्व कहिंदे कि हालात इन्ने कु माड़े हो गए कि लोग इस टाइम अपना घर भी नहीं बना पा रहे उही गल मैं कर रहा भी एक पासे मजदूर ने प्रोटेस्ट किया रावण पुतला फूकिया हो तो रियल स्टेट वाले आने के उन्हां दा कोई मेल जोल नहीं वो एक धनाड़ बंदे ने तो लोअर क्लास बंद ने जिन्होंने 300 रुपया 400 रुपया दिहाड़ी लैनी उन्होंने पुतला फूकया तो रियल स्टेट वाले आन के उन्होंने मदद कर रहे क्योंकि मजदूर तुरूगा तो रियल स्टेट तुरूगी रियल स्टेट तुरूगी तो मजदूर तुरूगा तो सारे साडे पंजाब का सिस्टम चलूगी सिर्फ इन्होंने अपने ढिड भरन वास्ते अपनी सरकार नूं पहिए लाउण वास्ते तो इतों का रुपया दिल्ली भेजने वास्ते लाला जी हाले तक मैं ना भी इन्ने भोले लोग आ साडे इस पार्टी का कोई प्रधान ही नहीं हैगा तो एक गल याद रखियो इस पार्टी का प्रधान नहीं हैगा दूसरी गल हाले तक वर्करशिप जिहड़ी है इन्हां नूं नहीं दित्ती गई इन्हां नूं वलंटियर ही रख्या गया दूसरी गल मैनूं प्रधान दस्सो इन्हां दा जिहड़ा पूरी पार्टी का प्रधान कौन है दस्सो है पत्रकार भाई साहब तुसीं मेरे भरा जे तुसीं दस्सो इन्हां दा पार्टी प्रधान कौन है पुछा बड़ी यार कहिंदे सानूं लोड़ नहीं पार्टी प्रधान हैगा ही नहीं केजरीवाल जिहड़ा वा ओह कन्वीनर आ कन्वीनर भी आरजी तौर ते जिहनूं लाया जांदा असल विच ला जिहड़े वड्डे लाला जी आ मोदी साहब वो इन्हां दे प्रधान ने
सच्चाई है जो आने वाले दिनों वेख जानी है लोगों लाला जी करते पे हो भगवंत मान साहब की गुजरात की एक होर वीडियो सामने आ रही है चैनल्स भी बड़ी वो चला रहे हैं कहते कि मैं एक समा सीगा मैं केजरीवाल साहब नूं फोन किया केजरीवाल साहब नाल गलबात होंदे होंदे मेरा फोन कट गया तो उस तो बाद मैं वेख्या तो मेरे फोन का बैलेंस खत्म हो गया फिर बाद कहते मैं दूसरे फोन तो किसी को लैके फोन किया तो मैं माफ़ी मंगी कि मेरा फोन कटाया गया लेकिन केजरीवाल साहब ने भी कहा कि मैं तुम्हें बैक को लैस करके नहीं कर सकता क्योंकि मेरे फोन भी पैसे मोके तो लगता है ये चीज़ पचन में आँदी है क्योंकि सरकार तो बहुत ज़्यादा फंड देंदिया ने फोन करने वो एक 15,000 रुपये मिलता एक 10,000 रुपये मिलता 25,000 रुपया चलो ये भी छड़ दिए ना दिल्ली वाले मिलिया तो ना इनू मिलिया भाई मैं इन्हों के अकाउंट दोवां के 200-200 रुपया 300-300 रुपया हर महीने पा दिया करूँगा घट्टो घट अपने फोन पर बचा लो ये शर्म वाली गल पूरे पंजाब ली पूरी दिल्ली ली भी जिहड़े मुख्यमंत्रियों को बैलेंस नहीं हैगा उत्थों दी आवाम का की हाल होगा लेकिन मुख्यमंत्री तो पहले बहुत वड्डे हास्य कलाकार भी सीगे भगवंत मान साहब इहदा मतलब पैसा नहीं कुछ वो जुमले तो कस रहे होर वो की कर रहे भंड सीगे भंडाले काम कर रहे हूँ तो भंड भी इन्हों कन्नी कतरा लग पे दिल्ली मोर्चे देखे ना भंड जेड़े होर तरह की राजनीतिक गल्लां करन लग पे तो ये जे भंडा तो भी निकम्मे हो गए भंड जी अगे लोगों के घर च जाके मंगते उन्होंने भंड जे धरनिया चाण लग पे उत्थे सरकार दियां पोलां खोलन लग पे किहड़ा भंड की गल करिए भंड है ने मोगे वाले दे ने बड़ी जलूस कढ़दे ने मोदी का भी तो इन्हों का भी लाला जी का भी वह भंड ने जिन्हां ने समाजिक गल्लां कीतियां जिन्हां ने असल जिहड़े पंजाब दे मुख मंत्री वह भंड होने चाहिए सी वो लोग होने चाहिए ही जिन्हां ने अपनी सारे सिस्टम चेंज करके ना सरकारां दे खिलाफ बोलिया तो ये भगवंत मान जिहड़ा सरकारां दी गल करदा करदा लोगों के हकों की गल करता करता आप उन्होंने सरकार की कठपुतली हो गया जिहदे मूँह तो सिकरी जम्मी आ जिहदे मूँह चो पंजाब के लोगों लिए एक भी गल नहीं निकल रही लेकिन जिस तरह तुम क्या गल करते पे कि तुहानूं थ्रैट आ रही सी तुहाडे छोटे बच्चे भी होणगे कभी घबराहट नहीं होगी यार मेरे बच्चों का की बनूगा क्योंकि अक्सर ही लोग इस करके ही पिछे हो जाते बैक बैक बिहाइंड द कटल हो जाते कि असी साढ़े परिवार ने साडे बच्चे ने घर मिसिज ने हमेशा ही इस चीज़ को लैके बंदा सेफ सोचता अपने आप को सरबजीत सिंह हैरी किस तरह देखता फिर जो मैं 10 साल का सीगा 9 साल का मेरे पिता जी ते अतवाद का अटैक होया उन्हां दे गोलियां लगियां उदों वो नहीं डरे तो उन्हां दा ही खून मैं आ मेरे मिसिज मेरे नाल सहमत ने मेरा परिवार मेरे नाल सहमत आ मेरे पिता जी मेरे नाल सहमत है मेरे माता जी मेरे नाल सहमत है बेटा तू सही काम कर रहा मैनू सवेरे जे मैं कितने जदों लॉकडाउन से उदों मौत लोग कहते सड़कों पर नचदी आ उदों कोई सड़क के उत्ते जू नहीं सरकती तो मेरे फादर साहब जिहड़े मैनू सवेरे ठा के कहिंदे हुंदे पुत तू अज राशन नहीं वंडन जाणा मैनू उन्हां दा उन्हां दी शिक्षा वा दिल्ली मोर्चा सी मैं मजदूर क्लास चो आ मैं मजदूर आ भराओ पर 1 साल 13 दिन मेरे पिता जी ने पहले दिन मैनू शाबाश थापी दे के तोरिया शाबाश पुत दिल्ली मोर्चे च पहुँच तेरा जो उत्थे होना जरूरी आ मैं 1 साल 13 दिन उत्थे रहा ते आज जे साडे समाज गंद फैल रहा साडियां धीआं भैणां जिहड़ियां वा वो सेफ नहीं वो नशा करन लग पईआं साडे भैण भाई जिहड़े नशा करन लग पे ते जे उहनां नूं बचाउण लई उहनां दी आवाज़ सरकार तक पहुँचाउण लई किते आपां नूं खुदा ना खासता कुछ हो जाता तो इस तों वड्डी मतलब जिहड़ी साडे वास्ते कोई गल नहीं हुंदी भी कोई ये नहीं कहूगा भी यह किसी की इज्जत लुटदा जिहड़ा वा मारिया गया जां इह किहना धक्का करदा मारिया गया लोग सारे ये गल कहणगे कि यार ये लड़दा मरिया इन्हें नशे के खिलाफ गल की इन्होंने इन्हें लोगों की भुख की गल की इन्हें किसानी अंदोलन की गल की जदों जदों समाज के जदों तंगी तुरशी आई उन्हों की गल की फिर सानू डर खौफ करता जो माँ बाप भैन भाई साडा साथ देन लगे मेरे चाचे ताए कल तुसीं धरना उत्थे ताडी मीडिया गई जदों मैं बैठा तो SH ने मेरे वाल उंगल की तो पहला मेरा परिवार मेरे अगे आ के बैठा मैनू खुशी हुई मेरे भाई मेरा चाचा वो मेरी मूरली लैन च हो गए भी उन्होंने समझे जो उन्हें उंगल उखाई इंज करके तो लाठी चार्ज का उन्हें इशारा करने की कोशिश की पर उन्हें प्रभाव वेख्या नहीं गल बनी तो पर मेरे परिवार ने मेरे अगे आन के बह गए भी साढ़े पुत ते जे लाठी वजूगी पहला साढ़े तो वजूगी मैनू तो यहोजे परिवार ने पैदा किया फिर मैनू डर खौफ कहता दूसरी गल आ भी जदों जो होना वो होना ही होना इस निश्चित चीज़ आ असी अपने घर जदों घरों निकलते हाँ इस गंदे सिस्टम नूं तब्दीली लई ते आपां अपने घर दस के आने भी भगवान ने शायद आपां ना मुड़ीए जिन्हें भी साथी हाँ असीं ना मुड़ीए सानूं किसे चीज़ का डर खौफ नहीं हैगा तो असी सड़कां दे तुरे फिरदे हाँ लेकिन भगतां नूं बड़ा बुरा लगना उन्होंने कहना कि शायद लगता कि आम आदमी पार्टी के बिल्कुल ही एंटी चली जाते कहते उन्होंने यह भी पुछणगे सवाल पुछणगे कि कांग्रेस के समय किते सीगे अकाली दल के समय से किते सीगे की तुहानू लगता है कि वाकई ही जिन्ना तुसीं
अटैक मोड लिख रखा इस वेल सरकार के खिलाफ। उस टाइम अकाली दल दे सरकार दे टाइम जा कांग्रेस सरकार दे समय भी इदा ही अटैक मोड से। तुसी मेरी पुरानी वीडियोज़ कीतियां, तुसी मेरी इंटरव्यूज़ कीतियां, उन्होंने भगतों को जरूर दस दियो, उन्होंने कोई साडे पुराने लिंक चैक कर लो, सरबजीत हैरी उदों भी आवाज़ चुकदा सी ते अकालियां वाले भी आवाज़ चुकदा सी ते बीजेपी के खिलाफ सब तो वध जे अमृतसर च धरने प्रदर्शन कीते ते मैं कीता। तो जे ये लोगों की चुनी हुई सरकार आ, ये कहिंदे ना लोगों की सरकार, भगवंत मान सीएम नहीं होगा, हर घर दे विच भगवंत मान होगा, तो जे वो सीएम है तो यदा मतलब उन्हें कहा सी हर घर च सीएम हो तो आप भी सीएम आ। अज जे पंजाब च गलत हुंदा तो साडा फर्ज बनता अखलाकी तौर पर जिहड़ी भी सरकार आऊगी वो खिलाफ़ बोलना। असं विरोधी नहीं, असं आलोचक हाँ, पहला मैं गल कर दिना, असं विरोधी नहीं, असं आलोचक हाँ, आलोचना करना साडा राइट आ, आवाज़ चुकना साडा राइट आ, ये गंदे प्रशासन नूं जगाउणा साडा राइट आ। तुसीं देखणा ये 6 महीने च प्रशासन दीआं जिहड़ियां वागडोरां खोल दित्तियां गईआं, जिहड़े मोहतवर लोग सज्जे लोग लोगों की गल करन जांदे थाने च उहनां नूं कुर्सी नहीं दित्ती जांदी। मेरे नाल कल हले राती वापरिया पर मैनूं कोई दुख नहीं, क्योंकि मैं लोगों की गल करन जांदा, मैनूं उहनां दे चाह दी, उहनां दे पानी दी, उहनां दी कुर्सी दी जरूरत नहीं। मैनूं भुंजे बिठा लैण पर लोगों के दुख दर्द तकलीफा उन्हां दीआं सुन, मैनूं भुंजे पैणा मंजूर आ, पर इन्हां दिनां दे विच 6 महीनां च जिहड़े ओ लोग आ, जिहड़े गुंडा अंसर आ, जिहड़े नशा वेच रहे आ, नशा तस्कर आ, भू माफिया के लोग आ, जिहड़े रेत माफिया के लोग आ, उन्हां नूं थाणियां दे विच ठंडे भी पाए जांदे, उन्हां नूं चाह भी पाई जांदी आ। एक गल होर भगवंत मान सरकार ने कहा सी कि थोड़े दिन पहलां लाउण होया, 2 महीने पहलां, कि जिहड़ा प्रशासन आ तुहानूं घरों जाण दी जरूरत नहीं, तुसीं प्रशासन नूं फोन करो, वड्डे तों वड्डा अफसर तुहाडे बूहे अगे बैठा होगा, भी दसो की कंप्लेंट करवाउणी आ, ਉਹ ਵਾਦੇ ਕਿੱਥੇ ਗਏ। ਇੱਕ ਹੋਰ ਨਵਾਂ ਚੱਲ ਰਿਹਾ ਅੱਜ ਕੱਲ੍ਹ, ਨਵਾਂ ਟ੍ਰੈਂਡ 'ਚ ਚੱਲ ਰਿਹਾ ਫੇਸਬੁੱਕ 'ਤੇ, ਉਹਨਾਂ ਨੇ ਪਾਇਆ ਆ ਕੋਈ ਵੀ ਵਿਧਾਇਕ ਅਗਰ ਨਹੀਂ ਕੰਮ ਕਰਦਾ ਤਾਂ ਉਹਨਾਂ ਨੂੰ ਥੱਲੇ ਕਮੈਂਟ 'ਚ ਦਿੱਤਾ ਜਾਵੇ। ਭਗਵੰਤ ਮਾਨ ਸਾਹਿਬ ਨੇ ਗੱਲ ਇਹ ਆ ਵੀ ਆਪਾਂ ਕਿਉਂ ਕਮੈਂਟਸ ਦੇਈਏ, ਤੁਹਾਡੀ ਸਰਕਾਰ ਆ, ਤੁਹਾਨੂੰ ਨਹੀਂ ਪਤਾ ਲੱਗਣ ਦਿਆ ਵੀ ਆਊਟਪੁੱਟ ਕੀ ਆ, ਅਤੇ ਵਿਧਾਨ ਸਭਾ 'ਚ ਜਿਹੜੇ 92 ਵਾੜੇ ਜੇ ਉਹਨਾਂ ਦੀ ਮਤਲਬ ਤੁਸੀਂ ਤਾਂ ਉੱਥੇ ਬੈਠੇ, ਮੈਂ RTI ਕਢਾ ਕੇ ਦੇ ਦਿੰਦਾ ਵੀ ਕਿੰਨੇ ਵਿਧਾਇਕਾਂ ਨੇ ਆਪਣੇ ਇਲਾਕੇ ਦੀ ਗੱਲ ਚੁੱਕੀ। ਮੈਂ ਨਾ ਜਸਵੀਰ ਸੰਧੂ ਜੀ ਸਾਡੇ ਮਾਨਯੋਗ MLA ਸਾਹਿਬ, ਮੈਨੂੰ ਇੱਕ ਵੀ ਆਪਣਾ ਜਿਹੜੀ ਸਪੀਚ ਆ ਉੱਥੇ ਆਪਣੇ ਅੰਮ੍ਰਿਤਸਰ ਦੇ ਵੈਸਟ ਹਲਕੇ ਦੀ ਦੱਸ ਦੇਣ ਵੀ ਆਹ ਤੰਗੀ ਤੁਰਸ਼ੀ ਆਈ ਆ, ਇਸ ਮਸਲਾ ਵਾ, ਇੱਕ ਵੀ ਸਿੰਗਲ ਇੱਕ ਵਰਡ ਉਸ ਵਿਧਾਨ ਸਭਾ 'ਚ ਲਿਖਤੀ ਮੈਨੂੰ ਦੱਸ ਦੇਣ ਜਾਂ ਬੋਲ ਕੇ ਉਹਨਾਂ ਨੇ ਦੱਸਿਆ ਹੋਵੇ, ਕਿਉਂਕਿ ਉੱਥੇ ਸਮਾਂ ਮਿਲਦਾ, ਤੁਸੀਂ ਕਿਹੜੇ ਵਿਸ਼ੇ 'ਤੇ ਬੋਲਣਾ, ਤੁਹਾਡੀ ਕਿਹੜੀ ਗੱਲ ਆ। ਇਹਨਾਂ ਨੇ ਉਹ ਚਾਰਜਸ਼ੀਟ ਵੀ ਨਹੀਂ ਭਰੀ, ਰਜੇ ਪ੍ਰਤਾਪ ਸਿੰਘ ਨੂੰ ਨਹੀਂ ਬੋਲਣ ਦਿੱਤਾ, ਉਹ ਬਾਈਬਲ ਕਾ ਗੋਲੀਕਾਂਡ 'ਤੇ ਬੋਲਣਾ ਚਾਹੁੰਦੇ ਸੀ, ਪਰ ਉਹ ਨਹੀਂ ਬੋਲਣ ਦੇਣਾ ਉਹਨਾਂ ਨੇ। ਦੇਖੋ ਇੱਕ ਉਹ ਅਫਸਰ ਆ ਜਿਹਨੇ ਪੂਰੀ ਤਨਦੇਹੀ ਇਮਾਨਦਾਰੀ ਨਾਲ ਜਿਹੜਾ ਆਪਣਾ ਫਰਜ਼ ਨਿਭਾਇਆ ਅਤੇ ਅੱਜ ਵੀ ਨਿਭਾ ਰਿਹਾ, ਮੈਂ ਸਲੂਟ ਕਰਦਾ ਉਹਨਾਂ ਨੂੰ। ਜੇ 92 ਵਿਧਾਇਕਾਂ ਦੀ ਗੱਲ ਕਰਾਂ, ਇੱਕ ਦੁੱਕਾ ਨੂੰ ਛੱਡ ਕੇ ਬਾਕੀ ਸਭ ਬੰਦੇ ਚਵਲੀ ਆ, ਚਵਲਾ ਮਾਰ ਰਹੇ ਉੱਥੇ, ਖਾ ਕੇ ਆ ਜਾਂਦੇ, ਸਾਡਾ ਪੈਸਾ ਉੱਥੇ ਚਾਵਾਂ 'ਚ ਉਡਾਉਂਦੇ ਆ, ਨਾਲ ਉਹ ਫੋਟੋਆਂ ਪਾਉਂਦੇ ਆ ਵੀ ਅਸੀਂ ਅੱਜ ਵਿਧਾਨ ਸਭਾ ਦੀ ਕੰਟੀਨ 'ਚ ਬੈਠੇ, ਨਾਲ ਕੱਪ ਅਤੇ ਨਾਲ ਦੀ ਨਾਲ ਉਹਨਾਂ ਦੇ ਕੌਣ ਬੈਠਾ ਹੁੰਦਾ, ਜਿਹੜੇ ਗੁੰਡੇ ਅਨਸਰ ਆ ਉਹ ਵੀ ਨਾਲ ਬੈਠੇ, ਗੁੰਡੇ ਅਨਸਰ ਅਤੇ ਸੱਜੇ ਖੱਬੇ ਵੀ ਬੈਠੇ, ਬਿਲਕੁਲ ਸੱਜੇ ਖੱਬੇ ਨਾਲ ਬੈਠੇ ਹੁੰਦੇ ਆ। ਪਰ ਇਸ ਵੇਲੇ ਚਿੰਤਾ ਦਾ ਵਿਸ਼ਾ ਇਹ ਆ, ਜਿਨ੍ਹਾਂ ਲਈ ਆਪਾਂ ਚੁਣਿਆ ਸੀ ਬੜੇ ਵੱਡੇ ਪੱਧਰ 'ਤੇ, ਇੱਕ ਜਿਹੜੀ ਜਿੱਤ ਇਹਨਾਂ ਨੂੰ ਦਵਾਈ ਸੀ, ਉਹ ਜਿੱਤ ਦਾ ਜਿਹੜਾ ਸਾਨੂੰ ਫਲ ਨਹੀਂ ਮਿਲ ਰਿਹਾ, ਉਹਦਾ ਸਾਨੂੰ ਨੁਕਸਾਨ ਹੋ ਰਿਹਾ। ਸਾਡੇ ਜਿਹੜੇ MLAs ਦੀਆਂ ਮਰਿਆਦਾ ਵਾ, ਜਿਹੜੀ ਵਿਧਾਨ ਸਭਾ ਦੀ ਮਰਿਆਦਾ, ਇਹਨਾਂ ਨੇ ਵਿਧਾਨ ਸਭਾ ਦੀ ਮਰਿਆਦਾ ਜਿਹੜੀ ਆ ਉਹ ਛਿੱਕੇ ਟੰਗ ਦਿੱਤੀ ਆ। ਅੱਜ MLA ਤੋਂ ਜਿਹੜਾ ਲੋਕਾਂ ਦਾ ਜਿਹੜਾ ਮਨ ਕਰੀਚਿਆ ਗਿਆ, MLA ਦੀ ਮਰਿਆਦਾ ਹੀ ਕੋਈ ਨਹੀਂ ਰਹੀ। ਇੱਕ ਆਮ ਇਨਸਾਨ ਤੋਂ ਵੱਧ MLA ਦੀ ਕੋਈ ਮਰਿਆਦਾ ਨਹੀਂ। ਅੱਗੇ MLA ਹੁੰਦੇ ਸੀ, ਉਹਨਾਂ ਨੂੰ ਕੋਈ ਅਸਰ ਸੂਖ ਹੁੰਦਾ ਸੀ, ਉਹ ਥਾਣੇ ਫੋਨ ਕਰਦੇ ਸੀ ਅਤੇ ਉਹ ਜਿਹੜਾ ਵਾ ਕੋਈ ਮਸਲੇ ਹੱਲ ਕਰਦੇ ਸੀ, ਕਿਤੇ ਨਾ ਕਿਤੇ ਕੋਈ ਮਸਲੇ ਹੱਲ ਕਰਦੇ ਸੀ ਜੋ ਕਰਪਟ ਸੀ, ਪਰ ਉਹ ਮਸਲਿਆਂ 'ਤੇ ਵੀ ਆਉਂਦੇ ਸੀ। ਪਰ ਇਸ ਵੇਲੇ ਜਿਹੜੇ MLA ਚੁਣੇ ਆ, ਮਿੱਟੀ ਦੇ ਮਾਧੋ ਆ, ਉਹ ਕੋਈ ਮਸਲਾ ਹੱਲ ਨਹੀਂ ਕਰ ਰਹੇ। ਸਾਡਾ ਜਿਹੜਾ ਪੰਜਾਬ ਫਿਰ ਇਹਨਾਂ ਨੇ ਇੱਕ ਬੜੀ ਪਛਾਣ ਨੂੰ ਲੈ ਗਿਆ। ਇਸ ਵੇਲੇ ਜਾਤਾਂ ਪਾਤਾਂ ਦੇ ਰੋਲੇ ਪੈ ਗਏ, ਭਗਵੰਤ ਮਾਨ ਸਾਹਿਬ ਚੁੱਪ ਕਰਕੇ ਬੈਠੇ ਆ, ਇਸ ਵੇਲੇ ਅਮੀਰੀ ਗਰੀਬੀ ਦਾ ਪੜਾ ਪੈ ਗਿਆ, ਭਗਵੰਤ ਮਾਨ ਸਾਹਿਬ ਜਿਹੜੇ ਚੁੱਪ ਆ, ਇਸ ਵੇਲੇ ਸਾਡੇ ਲੋਕ ਜਿਹੜੇ ਭੁੱਖਮਰੀ ਦੀ ਕਗਾਰ 'ਤੇ ਆ, ਭਗਵੰਤ ਮਾਨ ਸਾਹਿਬ ਚੁੱਪ ਆ। ਇਸ ਵੇਲੇ ਸਾਡਾ ਬੜੀ ਵੱਡੀ ਪੱਧਰ 'ਤੇ ਨੌਜਵਾਨ ਜਿਹੜਾ ਉਹਨੂੰ ਜਥੇਬੰਦ ਕਰਕੇ ਉਹਨਾਂ ਨੂੰ ਨਸ਼ੇ ਦੇ ਰਾਹ ਤੋਰਿਆ ਜਾ ਰਿਹਾ, ਉਹਨਾਂ ਕੋਲ ਨਸ਼ਾ ਵਿਕਾਇਆ ਜਾ ਰਿਹਾ, ਉਹਨਾਂ ਨੂੰ ਨਸ਼ਾ ਪਿਆਇਆ ਜਾ ਰਿਹਾ, ਭਗਵੰਤ ਮਾਨ ਸਾਹਿਬ ਚੁੱਪ ਆ। ਪਰ ਇਹ ਚੁੱਪੀ ਬੜੀ ਖਤਰਨਾਕ ਆ। ਕਹਿੰਦੇ ਵੀ ਜਦੋਂ ਬੰਦਾ ਚੁੱਪ ਹੋ ਜਾਂਦਾ, ਜਦੋਂ ਸਮਾਜ ਦੇ ਗੱਲ ਕਰਨ ਵਾਲੇ ਬੁੱਧੀਜੀਵੀ ਚੁੱਪ ਹੋ ਜਾਂਦੇ ਆ, ਉਦੋਂ ਇੱਕ ਬੜਾ ਵੱਡਾ ਐਟਮ ਬੰਬ ਫਟਣ ਵਾਲਾ ਹੁੰਦਾ। ਇਹ 6 ਮਹੀਨਿਆਂ 'ਚ ਇੱਕ ਐਟਮ ਬੰਬ ਤਿਆਰ ਹੋ ਚੁੱਕਾ ਜਿਹੜਾ ਭਗਵੰਤ ਮਾਨ ਸਰਕਾਰ ਦੇ ਖਿਲਾਫ਼ ਫਟੂਗਾ। ਜੀ ਬਿਲਕੁਲ, ਐਟਮ ਬੰਬ ਜਿਹੜਾ ਆ ਫਟਣ ਨੂੰ ਤਿਆਰ ਹੈ, ਇਹ ਕਹਿਣਾ ਹੈ ਸਰਬਜੀਤ ਸਿੰਘ ਹੈਰੀ ਉਹਨਾਂ ਦਾ। ਲਗਾਤਾਰ ਹੀ ਇਹਨਾਂ ਵੱਲੋਂ ਬਹੁਤ ਸਾਰੇ ਸਟਿੰਗ ਓਪਰੇਸ਼ਨ ਵੀ ਜਿਹੜੇ ਨੇ ਉਹ ਵੀ ਕੀਤੇ ਜਾ ਰਹੇ ਨੇ ਅਤੇ ਇਹਨਾਂ ਵੱਲੋਂ ਇੱਕ ਵੀਡੀਓ ਜਾਰੀ ਕੀਤੀ ਗਈ ਸੀ ਜਿਸ ਵਿੱਚ ਵਿਖਾਇਆ ਗਿਆ ਕਿ ਜੋ ਟੋਲ ਫਰੀ ਨੰਬਰ ਜਿਹੜਾ ਸੀਗਾ ਭਗਵੰਤ ਮਾਨ ਸਾਹਿਬ ਵੱਲੋਂ ਜਾਰੀ ਕੀਤਾ ਗਿਆ ਸੀ ਲੋਕਾਂ ਦੀਆਂ ਮੁਸ਼ਕਲਾਂ ਸੁਣਨ ਲਈ,
वह वर्किंग आ वर्किंग दे विच नहीं है लगातार ही इसनों लैके बहुत सारे लोगों वालों हुण जिहड़े तंज भी जिहड़े ने वह भी कसे जा रहे हैं। तो इन्हां दा इह वी कहना है कि जो हालात पंजाब दे बनते जा रहे हैं उन्हों लैके बहुत चिंता करन दी जरूरत है, नहीं तो पंजाब दे हालात बद तो बदतर हो जाएंगे। दूसरे पास अगर गल की जाए तो गुजरात में दित्तियां गईयां स्पीचिज़ नूं लैके भी बहुत सारे सवाल जिहड़े ने सरबजीत सिंह हैरी वालों पुछे गए हैं। तो कहा जा रहा है कि गुजरात दे मॉडल नूं लोग पसंद करते सी क्योंकि देश के प्रधानमंत्री जिहड़े सीगे वह भी कहिंदे सीगे गुजरात मॉडल जिहड़ा है वेख्या जाए, लेकिन पंजाब मॉडल दिखा के जिहड़ा है वह गुजरात जितने की कोशिश की जा रही है जो कि कभी भी मुमकिन नहीं हो सकता। लेकिन लगातार ही पंजाब के लोग हुण सड़कां दे उतरे हुए हैं। तो पहली बार होया कि 6 महीने के अंदर अंदर ही किसी का रावण रूपी पुतला जिहड़ा है वह साड़िया गया है। इस तो साफ सिद्ध हुंदा है कि पंजाब के हालात बहुत बद तो बदतर होंदे जा रहे हैं और लोग जिहड़े काफ़ी परेशान ने। हुण वेखना होगा कि आने वाले समय के भगवंत मान साहब इस उत्ते की एक्शन लेंदे ने जां पंजाब दे हितां लई कि आवाज़ चुकते हैं ये तो आने वाला समा ही दसेगा, लेकिन पंजाब दे हालात किसी को भी लुके हुए नहीं हैं। कैमरामैन वंश के नाल गुरप्रीत सिंह, पंजाबी लोक चैनल अमृतसर।